ਉਹਦੇ ਕਹਿਣ ਦਾ ਮਤਲਬ ਜਿਹੜੇ ਸਰੀਰ ਦੁਆਰਾ ਚੱਲਦੇ ਉਹ ਕੀ ਆ ਬੱਚੇ ਆ ਉਹ ਸਰੀਰ ਆ ਤੇ ਉਹ ਬੱਚੇ ਆ ਜਿਹੜੇ ਆਤਮਾ ਦੁਆਰਾ ਚੱਲਦੇ ਉਹ ਮੈਚਿਓਰ ਆ ਕਿਉਂਕਿ ਤੁਸੀਂ ਆਤਮਾ ਦੁਆਰਾ ਜਨਮੇ ਆ ਤੇ ਤੁਸੀਂ ਆਤਮਾ ਦੀ ਸੁਣਦੇ ਆ ਅਗਰ ਤਾਂ ਜੇ ਲੜਾਈਆਂ ਆ ਹੱਲੇ ਵੀ ਜੈਲਸੀ ਆ ਤਾਂ ਤੁਸੀਂ ਕੀ ਆ ਸਰੀਰਕ ਆ ਪਰ ਅਗਰ ਉਹ ਚੀਜ਼ਾਂ ਨਿਕਲ ਗਈਆਂ ਫਿਰ ਤੁਸੀਂ ਕੀ ਆਉਣਗੇ ਆਤਮਿਕ ਬਣ ਗਏ ਲੋਕ ਤੁਹਾਨੂੰ ਨਹੀਂ ਸੁਣਦੇ ਪਰ ਤੁਹਾਡੇ ਅੰਦਰ ਜਿਹੜਾ ਯਿਸੂ ਮਸੀਹ ਆ ਨਾ ਜਿਹੜਾ ਸਪਿਰਿਟ ਆ ਜਿਹੜਾ ਵਿੰਡ ਆ ਜਿਹੜਾ ਹੋਲੀ ਸਪਿਰਿਟ ਆ ਉਹਨੂੰ ਸੁਣਦੇ ਆ ਜਾ ਕੇ ਪਵਿੱਤਰ ਆਤਮਾ ਨਾਲ ਭਰ ਕੇ ਕਹਿ ਦਿਓ ਕਿ ਨੈਕਸਟ ਟਾਈਮ ਪੁੱਤੇ ਕੰਮ ਨਾ ਕਰੀ ਅਗਲਾ ਤੁਹਾਡਾ ਪੁੱਤਰ ਲਈ ਆਇਓ ਕੰਮ ਨਹੀਂ ਕਰੂਗਾ ਕਿਉਂਕਿ ਯਿਸੂ ਮਸੀਹ ਦਾ ਹੋਲੀ ਸਪਿਰਿਟ ਤੁਹਾਡੇ ਰਾਹੀਂ ਬੋਲ ਰਿਹਾ ਐਂਡ ਹੋਲੀ ਸਪਿਰਿਟ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਹੈ बोलो तेरा वचन आज मैं बदलूंगा आई एम रेडी फॉर दिस
ध्यान छोड़ो आसा बोलो बोलो मैं रेडी हूँ प्रभु आई एम रेडी If I told you don't
ਦੇ ਸਕੇ ਮੈਂ ਤੁਹਾਨੂੰ ਪਹਿਲਾਂ ਸਿਆ ਇਟਸ ਅਪ ਟੂ ਯੂ ਯੂ ਐਕਸੈਪਟ ਦੈਟ ਕਿ ਮੇਰੇ ਅੰਦਰ ਸ਼ੈਤਾਨ ਹੈ ਸ਼ੈਤਾਨ ਹੈਗਾ ਫਿਰ ਵਾਈ ਯੂ ਐਕਸੈਪਟ ਦੈਟ This is your body. You control over it. You do this again, you're going out. Don't mess with the word of God. Hallelujah. Atma dwara janme. Atma dwara janme. Are you spirit? Yes. Show me your hands. Are you spirit? Yes. Give him praise then. Give him praise now. खोलो मेरा वचन फर्स्ट करंथियंस चैप्टर नंबर 3 वर्स नंबर 1 पहला करंथिया तीजा अध्याय और आयत नंबर 1 हे भाइयों मैं तुमसे इस रीति से बातें ना कर सका जैसे आत्मिक लोगों से ਕਹਿੰਦਾ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਪਰ ਮੈਂ ਕਿਉਂ ਨਹੀਂ ਕਰ ਸਕਿਆ ਕਿਉਂਕਿ ਤੁਸੀਂ ਮਸੀਹ ਦੇ ਵਿੱਚ ਕੀ ਆ ਹਲੇ ਬੱਚੇ ਆ ਹੁਣ ਉਸ ਬੱਚੇ ਹੋਣ ਦੀ ਗੱਲ ਨਹੀਂ ਕਰ ਰਿਹਾ ਜਿਹੜੀ ਯੀਸ਼ੂ ਮਸੀਹ ਨੇ ਕਹੀ ਆ ਬੱਚੇ ਬਣੋ ਹੁਣ ਉਸ ਬੱਚੇ ਪਾਉਣ ਦੀ ਗੱਲ ਕਰ ਰਿਹਾ ਕਿ ਹੁਣ ਤੱਕ ਅਸੀਂ ਮਸੀਹ ਕਿੰਨੀ ਦੇਰ ਹੋ ਗਏ ਆਇਆ ਨੂੰ ਸਾਨੂੰ ਹੁਣ ਤੱਕ ਪਤਾ ਲੱਗ ਜਾਣਾ ਚਾਹੀਦਾ ਸੀਗਾ ਆਤਮਾ ਦੁਆਰਾ ਕਿੱਦਾਂ ਚੱਲੀਦਾ ਆਤਮਾ ਦੀ ਕਿੱਦਾਂ ਸੁਣੀਦੀ ਕਿਸੇ ਨੇ ਗੁੱਸਾ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤੂੰ ਗੁੱਸਾ ਨਹੀਂ ਕਰਨਾ ਬ੍ਰਦਰ ਜਿੰਨੇ ਉੱਥੇ ਮਾਈਕ ਹੈ ਨਾ ਸਾਰੇ ਮਿਊਟ ਕਰ ਦਿਓ 60 ਨੰਬਰ ਛੱਡ ਕੇ ਪ੍ਰੈਸ ਮਿਊਟ ਫੋਰ ਐਵਰੀ ਮਾਈਕ ਸਾਰਾ ਰੈੱਡ ਕਰ ਦਿਓ 60 ਨੰਬਰ ਛੱਡ ਕੇ ਹੋਇਆ ਸਾਰਾ ਗੁੱਡ ਹੁਣ ਪੌਲਸ ਕੀ ਕਹਿੰਦਾ ਦੁਆਰਾ ਪੜਿਓ ਕਹਿੰਦਾ ਮੈਂ ਇੱਦਾਂ ਗੱਲ ਨਹੀਂ ਕਰਨੀ ਕਰ ਸਕਿਆ ਜਿੱਦਾਂ ਆਤਮਿਕ ਲੋਕਾਂ ਨਾਲ ਕਰਦਾ ਕਿਉਂਕਿ ਤੁਸੀਂ ਹੱਲੇ ਕੀ ਆ ਬੱਚੇ ਆ ਇਨ ਅਦਰ ਵਰਡਸ ਉਹਦੇ ਕਹਿਣ ਦਾ ਮਤਲਬ ਜਿਹੜੇ ਸਰੀਰ ਦੁਆਰਾ ਚੱਲਦੇ ਉਹ ਕੀ ਆ ਬੱਚੇ ਆ ਉਹ ਸਰੀਰ ਆ ਤੇ ਉਹ ਬੱਚੇ ਆ ਜਿਹੜੇ ਆਤਮਾ ਦੁਆਰਾ ਚੱਲਦੇ ਉਹ ਮਚਿਓਰ ਆ ਸਮਝ ਰਹੇ ਕਹਿੰਦਾ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਪਰ ਕਰ ਨਹੀਂ ਸਕਿਆ ਕਿਉਂਕਿ ਤੁਸੀਂ ਹੱਲੇ ਕੀ ਆ ਬੱਚੇ ਆ ਕਿਉਂਕਿ ਤੁਸੀਂ ਕਿਹਦੇ ਦੁਆਰਾ ਚੱਲਦੇ ਆ ਸਰੀਰ ਦੇ ਦੁਆਰਾ ਹੁਣ ਤੁਹਾਨੂੰ ਇੱਕ ਸਾਈਨ ਮਿਲ ਗਿਆ ਕਿ ਸਰੀਰ ਦੁਆਰਾ ਚੱਲਣ ਵਾਲਾ ਬੰਦਾ ਕਿੱਦਾਂ ਦਾ ਹੁੰਦਾ ਤੇ ਆਤਮਾ ਦੁਆਰਾ ਚੱਲਣ ਵਾਲਾ ਬੰਦਾ ਕਿੱਦਾਂ ਦਾ ਹੁੰਦਾ ਸਮਝ ਆ ਰਿਹਾ ਅਗਰ ਮੇਰੇ ਅੰਦਰ ਗੁੱਸਾ ਆਇਆ ਹੈ ਮੇਰਾ ਦਿਲ ਕੀਤਾ ਕਿਸੇ ਨੇ ਮੈਨੂੰ ਗੁੱਸਾ ਚੜਾਇਆ ਮੈਂ ਉਹਦੇ ਚਪੇੜਾ ਮਾਰਾਂ ਜਾ ਕੇ ਹੁਣ ਮੈਂ ਗੱਲ ਕਰਨਾ ਫਿਜ਼ੀਕਲ ਗੁੱਸੇ ਦੀ ਜਿਹੜਾ ਗੁੱਸਾ ਮੈਨੂੰ ਆਇਆ ਮੈਨੂੰ ਕਿਸੇ ਮੇਰੇ ਮੈਨੇਜਰ ਨੇ ਮੇਰੇ ਤੇ ਗੁੱਸਾ ਕੀਤਾ ਹੁਣ ਮੈਂ ਦਿਲ ਕਰਦਾ ਮੈਂ ਜੋਬ ਛੱਡ ਜਾਵਾਂ ਮਾਰਾ ਇਹ ਤੁਹਾਡਾ ਨੁਕਸਾਨ ਆ ਇਹ ਬਚਕਾਨੀਆਂ ਹਰਕਤਾਂ ਆ ਮੈਨੂੰ ਜੋਬ ਤੇ ਸੀਗਾ ਮੈਨੂੰ ਦੋ ਬੰਦੇ ਆਏ ਉਹਨਾਂ ਨੇ ਮੈਨੂੰ ਤੰਗ ਕਰਨਾ ਸਟਾਰਟ ਕਰਦਾ ਮੈਂ ਜੋਬ ਛੱਡਦੀ ਨੁਕਸਾਨ ਕਿਹਦਾ ਹੋਇਆ ਤੁਹਾਡਾ ਅਗਰ ਤੁਸੀਂ ਰੂਹ ਦੁਆਰਾ ਚੱਲਦੇ ਤਾਂ ਘਰੇ ਜਾ ਕੇ ਰੂਮ 'ਚ ਬਹਿੰਦੇ ਆ ਤਾਂ ਕਹਿੰਦੇ ਯੂ ਸ਼ਟ ਅਪ ਉਹ ਆਵਾਜ਼ ਜਿਹੜੀ ਮੇਰੇ ਵਿਰੁੱਧ ਉੱਠਦੀ ਯੂ ਸ਼ਟ ਅਪ ਰਾਈਟ ਨਾਓ ਕਿਉਂਕਿ ਤੁਸੀਂ ਆਤਮਾ ਦੁਆਰਾ ਜਨਮੇ ਆ ਤਾਂ ਤੁਸੀਂ ਆਤਮਾ ਦੀ ਸੁਣਦੇ ਆ ਕਿ ਨਿਆਣੇ ਸਮਝ ਰਹੇ ਗੱਲ ਪੌਲਸ ਕਹਿੰਦਾ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਪਰ ਮੈਂ ਕਰ ਨਹੀਂ ਪਾਇਆ ਕਿਉਂਕਿ ਤੁਸੀਂ ਹੱਲੇ ਬੱਚੇ ਆ ਕਿਉਂਕਿ ਤੁਸੀਂ ਸਰੀਰ ਦੁਆਰਾ ਚੱਲ ਰਹੇ ਆ ਸੱਚ ਸੱਚ ਦੱਸਿਓ ਕਿੰਨਿਆਂ ਨੂੰ ਬੇਫਜ਼ੂਲ ਦਾ ਗੁੱਸਾ ਆ ਜਾਂਦਾ ਜਸਟ ਬੀ ਓਨੈਸਟ ਬਿਨਾਂ ਮਤਲਬ ਗੱਲ ਤੋਂ ਗੁੱਸਾ ਆਉਂਦਾ ਖੜੇ ਰੱਖੋ ਹੱਥ ਖੜੇ ਰੱਖੋ ਅੱਜ ਤੋਂ ਬਾਅਦ ਨਹੀਂ ਆਊਗਾ ਵੀ ਫ੍ਰੀ ਇਨ ਦਾ ਮਾਈਂਡ ਨੂੰ ਚੀਜ਼ ਸਿੰਪਲ ਐਸ ਦੈਟ ਕਿਉਂਕਿ ਤੁਸੀਂ ਹੁਣ ਆਤਮਾ ਦਾ ਜਨਮੇ ਸਰੀਰ ਤੋਂ ਜਨਮੇ ਸਰੀਰ ਆ ਪਰ ਤੁਸੀਂ ਹੁਣ ਸਰੀਰ ਨਹੀਂ ਆ ਆਤਮਾ ਤੋਂ ਜਨਮੇ ਆਤਮਾ ਤੋਂ ਜਨਮਿਆਂ ਦਾ ਇਹ ਨਿਸ਼ਾਨ ਹੁੰਦਾ ਕਿ ਉਹ ਗੱਲ ਗੱਲ ਤੇ ਖਿਜੂਗੇ ਨਹੀਂ ਅਗਰ ਖਿਜ ਆ ਵੀ ਗਈ ਉਹਨੂੰ ਕਹੋਗੇ ਯੂ ਸ਼ਟ ਅਪ ਇੱਥੇ ਰੋਕ ਤਾਂ ਦਫਾ ਜਾ ਨਿਕਲ ਜਾ ਇੱਥੋਂ ਸਮਝ ਰਹੇ ਅਗਲੀ ਆਈ ਪੜਿਓ ਡੀਪ ਲੈ ਕੇ ਚੱਲਾਂ ਕਹਿਣ ਦਾ ਮਤਲਬ ਉਹਨੇ ਉਹਨਾਂ ਦੀ ਉਹਨਾਂ ਨੂੰ ਦੁੱਧ ਪਿਲਾਇਆ ਮਤਲਬ ਉਹਨੇ ਹਲਕਾ ਵਚਨ ਦਿੱਤਾ ਉਹਨੇ ਪਿਆਰੀਆਂ ਪਿਆਰੀਆਂ ਗੱਲਾਂ ਦੱਸੀਆਂ
ओके ठीक है इदा कर लो इदा कर लो इदा कर लो क्योंकि उन्होंने तो भारी खाना पचता नहीं पाया कहना हले तक भी मैं इन्नी वेट की हले भी बचे हाँ कहते तुम हले तक भी नहीं बने जो तुम मच्योर बनना चाहिए अगे पढ़ो आप हो डीप चले थोड़ा जा झगड़ा जैलसी है हले भी की शरीर क्या अज तो अस जो तुम रूम च बहना प्रेयर करनी है गल्ला कहनियां मैं आपके पास शरीर नहीं हाँ जो मैं गुस्सा आया मैं गुस्सा जैलसी आई जैलसी लड़ाई करने वाला मन कितना लड़ाई क्योंकि मैं की हाँ मैं की हाँ कहो अपने पड़ोसी कंग्रेचुलेशन अब तू सीख रहे कि आत्मा दे साइन की आ तू आत्मा तो जन्मया तू आत्मा आ तू आत्मा तो जन्मया तू आत्मा आ तू आत्मा तो जन्मया आमीन इट्स सिंपल एज दैट अगर तारे लड़ाइयां आ हले भी जैलसी आ तो तुम की शरीर क्या पर अगर वह चीजा निकल गई फिर तुम की बन गए आत्मिक बन गए महाराज अं तो भुलेखे च बैठे रहे साडे अर्ग आत्मिक है ही नहीं कोई है बट एक मूवमेंट आई जो लड़ाई छेड़ती कहिंदा धन आ वह कहिंदा किन्ने सोहने वो पैर आ कि चंगा वह बचने वह प्रवीण का पुत कहलाता जरा मेल मिलाप करा जरा लड़ाइया पाँगा कहता प्रवीण बच्चा नहीं कहलाता सो आत्मा जो जन्म है वो मेल मिलाप कराते हैं पॉलस की कहता आई हैव अ मिनिस्ट्री ऑफ रेकनसीलिएशन मतलब जोड़न वाली मिनिस्ट्री समझ रहे इतने उन्हें एक गल सिखाई है कहता आत्मिक बनो अगर पॉलस ही सोचता कि मैं उन्होंने लैटर नहीं भेजना उत्थे कोई होर प्रीच कर रहा तो पॉलस मसीह के काम को रोक रहा है समझ रहे उन्हें हर जगह लैटर भेजे सारे को वचन सुनाया क्योंकि उन्होंने पता सीगा कि हर एक जिथे जिथे लोड़ है उत्थे भेज दियो जो तुम आत्मा तो जन्मदे हाँ फिर तुम दिल के किसी जैलसी या स्ट्राइफ को रख के नहीं चलते पर तुम कि चलते आत्मा दे मान ना वो जीसस क्राइस्ट वॉज प्रीचिंग द वर्ड ऑफ गॉड है उन्होंने दिनों के कहते 5000 लोग इकट्ठे हुए मतलब 5000 तो वध सीगे पर गिनती में 5000 लिखा कहते लोग इकट्ठे हुए एंड कहते यीशु मसीह ने प्रीच किया मेरा क्वेश्चन है तुम अगर इतने लक्ष्य 60-50 or 40-50 ने बैठे आ पिछे तक 5000 बंदा बैठा मेरे को माइक नहीं आ मेरी आवाज कितना पहुंचूगी पिछे कैन यू इमेजिन दैट यीशु मसीह ने 5000 पहाड़ी उपदेश पढ़िया पहाड़ी उपदेश यीशु मसीह ने 5000 तो वध लोगों को प्रीच किया है उन्हों को माइक भी नहीं कि हो गया पॉसिबल हाँ जी मसा एग्जैक्टली होर कोई की कहना चाहूगा हाँ जी आत्मिक ओके जिन्हों को मैं कल रात दस रही हूं बोलियो हाँ जी होर कोई कि 5000 तो हाँ जी पिता द्वारा ओके होर अच्छा साउंड ट्रैवल करता है तो साउंड ट्रैवल कितना करता है केरे द्वारा विंड द्वारा स्पिरिट इज आई विश ओ माय गॉड यू मिसिंग दिस ये आत्मा दे द्वारा जन्मे वो आत्मा है एंड आत्मा एक हवा दे वांग आ जो यीशु मसीह 5000 तो वध बंदे नु प्रीच कर रहे ਉਹਨੂੰ ਜ਼ੋਰ ਲਾਉਣ ਦੀ ਲੋੜ ਨਹੀਂ ਪੈ ਰਹੀ ਆਤਮਾ ਦੀ ਆਵਾਜ਼ ਨੂੰ ਚੱਕ ਕੇ ਉਹ ਐਂਡਲੇ ਬੰਦੇ ਤੱਕ ਵੀ ਪਹੁੰਚਾ ਰਿਹਾ ਜਿਹੜਾ ਐਂਡ ਤੇ ਬੈਠਾ ਕਿਵ ਵੀ ਪ੍ਰੇਸ ਸਮਬਾਡੀ ਲਿਸਨ ਟੂ ਮੀ ਭਾਵੇਂ ਉਹ ਬੰਦਾ ਜਿਹੜਾ ਤੁਹਾਡੀ ਫੈਮਿਲੀ ਦੇ ਵਿੱਚ ਆ ਜਾਂ ਤੁਹਾਡੀ ਸੁਣ ਨਹੀਂ ਰਿਹਾ ਹੋ ਜਾਓ ਫਿਰ ਆਤਮਾ ਦੇ ਵਿੱਚ ਬੋਲੋ ਦੇ ਕੰਨ ਚ ਆ ਕੇ ਵਿਸਪਰ ਹੈ ਯੂ ਲਿਸਨ ਟੂ ਮੀ ਨਿਆਣੇ ਕਹਿਣਾ ਨਹੀਂ ਮੰਨਦੇ ਬਣ ਜਾਓ ਆਪਣੇ ਪ੍ਰੇਅਰ ਰੂਮ ਦੇ ਵਿੱਚ ਉੱਠ ਉੱਠ ਕੇ ਆਣਗੇ मम्मी मैं तो गलती हो गई मैं इतना बोलना नहीं सीगा मैं माफ कर दे मैं पॉकेट मनी भी ना दी पर मेरा गुस्से ना हुई मम्मी हुई अपनी आकड़ चल जा मैं नहीं तुम जानती बट द की इज जो तुम आत्मा द्वारा जन्मे तुम शरीर द्वारा जोर नहीं लाते
कभी तो ना इतना जिंदगी होया तो बहुत किसी समझाने की कोशिश की पर नहीं समझा किन्या ना चीज हुई ऑलमोस्ट सारी कलाई हुई होनी तुम किसी क्या आने सुनी नहीं ताकि कब नहीं सुनी क्यों नहीं सुनी ताकि भला हाँ गुस्से ना समझाने की कोशिश करते ही शरीर के लगे हुए कोशिश कर पर अगर तुम यही गल समझो लोग तहानू नहीं सुनते पर अंदर जो यीशु मसीह है ना जोड़ा स्पिरिट है जो विंड है जो होली स्पिरिट आनू सुनते जाके पवित्र आत्मा ने भर के कह दियो कि नैक्सट टाइम पोते काम ना करी अगला तेरा पोता भी आज काम नहीं करूंगा क्योंकि यीशु मसीह का होली स्पिरिट तो ही बोल रहा एंड होली स्पिरिट को कोई डिनाई नहीं कर सकता है समझ रहे गहरिया सारी गलत जा रही समझ आ रही अगर अज तुहाडी जिंदगी च कोई इदा की चीज हो रही है जिहड़ी तुसीं जोर लाया नहीं पॉसीबल हुई फिक्स नहीं हुई घर आके की करना रूह दे विच हो के प्रेयर करना एंड की कहना अज तो बाद काम ना हो गए एंड वह काम नहीं होगा मैं इधर फोन लाया इमीग्रेशन ऑफिस जिते मैं अपनी फाइल सबमिट कराई जो मैं फोन लाया तो मैं उन्होंने एक गल कह रहा कि मैं उन्होंने फोन किया तो फोन टाइम हो चुका सी शामा दे पांच बजे वाले ही जो ऑफिस बंद हो जाता हूँ तीन चार मिनट रह गए उन्होंने फोन नहीं चकना ही बिकॉज उन्होंने भी पता कहने फोन लाया गल कि लंबी चल जानी अगला ने घरे भी आना ना पांच बजे सो मैं फोन कर दिया उन्होंने मेरा फोन नहीं चकया एक बार लाया नहीं चकया दो बार लाया नहीं चकया तीजी बार लाया मैं कहा मी हे हाउ डे यू डोंट पिक अप माय फोन आत्मा जन्मया हूँ जो मैं चीका मारता अपनी गड्डी बह के मैं रोला पाता है ना गुस्सा करता कोई फायदा होना ही पर मैं क्या मैं रूह के द्वारा कमांड करदा यू टेक माई कॉल दूजी रिंग हुई उन्हें मेरा फोन चक लिया बड़ी गहरी गल दसदा खोलो मेरे ना पहला करंथिया 6:17 इंग्लिश पढ़े इंग्लिश है कहे तो जेड़ा परमेश्वर दे नाल जॉइंड होया वो की बन गया आत्मा द वन हु इज जॉइंड विद गॉड इज वन स्पिरिट विद गॉड जेड़ा परमेश्वर नाल जुड़ गया वो की बन गया एक आत्मा जदों तुसीं ओदे कम्मां लई खड़दे आ जो तुसीं ओदे नाल मिल के एक आत्मा बन जांदे आ ओड़ा थॉट आंदा ना वो फिर तुहाडा नहीं आ ओदा आ ओड़ा शब्द निकलदा वो तुहाडा नहीं आ ओदा आ फिर जेड़ा शब्द निकलदा वो की करदा देह नूं तार लैंदा वो मैनीफेस्ट होण लग पैंदा जिहड़ा परमेश्वर दे नाल जुड़िया वो की बन गया कितों टेप है गई टेप है गई कितों चाबी लो मेरी मेरी गड्डी की चाबी पई इत्थे ओके जाओ मेरी गड्डी की चाबी इत्थे सीट है ना उहदे नाल साइड इत्थे जिहड़ा खाना नूं खोल के उहदे च टेप पई आ सैलो टेप जिहड़ी ट्रांसपेरेंट नूं चक के जाओ हालेलुया कोई सिखण वाले आ तुसीं ठाड़ा पड़वा लिया चली भी दे गिर भी गया तो डरे मुझको क्या तू जो सदा साथी खड़ा गिर भी गया तो डरे मुझको क्या तू जो सदा साथी खड़ा सदा तेरा नाम लिया ए मेरे खुदा ए मेरे खुदा बंद करो एंड प्रार्थना करो बोलो प्रभु जिहड़ियां गल्लां तू मैनूं सिखा रहा मैनूं सिख पावां मैनूं बोध दे मैनूं समझ दे करो सब जणे प्रार्थना थैंक यू जीसस आमीन
आ तुसी आ आ प्रभु आ अलग अलग हो गए तुम केड़ी चीज करके पाप दे करके पाप के चाया शरीर दे विच आया तुसी की हो गए उदों अलग हो गए अगर तुसी अज फील करदे ना कि प्रभु मेरे तो बहुत दूर आ अज मैं दसना चाहना वो तुहाडे साहां तो भी तुहाडे करीब आ वो चीज जो तुहानू कोई नहीं दे सकदा वो तुहानू दे सकदा जिन्हें तु ही अपने साहां दे करीब ने उस तो वध के तुहाडे साहां दे करीब आ हुण आ कौन है तु ही ते प्रभु आ ब्रदर इन माड़ा चोरियो joined with God joined ਦਾ ਮਤਲਬ ਉੱਥੇ ਇੱਕ ਵਰਡ ਆਉਂਦਾ ਯੂਨਾਨੀ ਭਾਸ਼ਾ ਦੇ ਵਿੱਚ joined ਦਾ ਇੱਕ ਵਰਡ ਆਉਂਦਾ ਉੱਥੇ ਉਹ ਵਰਡ ਦਾ ਮਤਲਬ ਆ ਕਹਿੰਦਾ ਕੋਲਾਓ ਵਰਡ ਨਿਕਲਿਆ ਕੋਲਾ ਵਰਡ ਤੋਂ K O L L A which means glue ਇੱਕ ਗੂੰਦ ਦੇ ਵਾਂਗ ਜੁੜ ਜਾਣਾ ਤੇ ਅਲੱਗ ਹੋ ਗਏ ਸੀਗੇ ਤੁਹਾਨੂੰ ਉਹਨੇ ਇਦਾਂ ਜੋੜ ਲਿਆ ਜਦੋਂ ਉਹਨੇ ਤੁਹਾਨੂੰ ਜੋੜਿਆ ਉਹਨੇ ਤੁਹਾਨੂੰ ਅਲੱਗ ਸਪਿਰਿਟ ਨਹੀਂ ਕਿਹਾ ਉਹਨੇ ਤੁਹਾਨੂੰ ਆਪਣੇ ਨਾਲ ਇੱਕ ਸਪਿਰਿਟ ਕਹਿ ਦਿੱਤਾ ਹੀ ਸੈਡ ਯੂ ਆਰ ਵਨ ਸਪਿਰਿਟ ਵਿਦ ਮੀ ਯੂ ਆਰ ਵਨ ਸਪਿਰਿਟ ਵਿਦ ਮੀ ਇਸੇ ਕਰਕੇ ਜਦੋਂ ਲੋਕ ਮੂਸਾ ਵੱਲ ਦੇਖਦੇ ਸੀ ਉਹਨਾਂ ਨੂੰ ਉਹਦੇ ਤੇ ਰੱਬ ਨਜ਼ਰ ਆਉਂਦਾ ਸੀ ਕਿਉਂਕਿ ਮੂਸਸ ਵਾਸ ਵਨ ਸਪਿਰਿਟ ਵਿਦ ਗੋਡ ਹੈ ਜਦੋਂ ਇਲਾਇਜਾ ਵੱਲ ਦੇਖਦੇ ਸੀ ਉਹਨਾਂ ਨੂੰ ਖੁਦਾ ਨਜ਼ਰ ਆਉਂਦਾ ਸੀ ਬਿਕੋਜ਼ ਇਲਾਇਜਾ ਵਾਸ ਵਨ ਸਪਿਰਿਟ ਵਿਦ ਗੋਡ अपने आप ना देखना जिदा यीशु मसीह क्योंकि तुम ओके स्वरूप से बनाए गए जो फीलिंग आदि ना तू का जो कर तू नहीं कर सकता ना करी आ काम ना करी तू नहीं कामयाब होना यह खुदा वालों नहीं है शैतानियां शरीर गया द वन हू इज जॉइंड विद गॉड इज वन स्पिरिट विद गॉड हूँ मैं कहीं लागे बैठा तो मेरे ख्याल आ रहा यार मेरा ख्याल आ रहा लड़ाई मैं तो कहीं ना लड़ता भाई तू लड़ता तो नहीं कहीं ना की दसा यार तेन कलेश ही रहता सारी दिहाड़ी हूँ मेरे ख्याल भी मेरे ही नहीं है हूँ कहीं ना दिल का हाल मेरे ते जाहर हो रहा Because I'm joined with God. I am one spirit. This guy right here, little brother, son, choir to jode ya. Is saade naal brother kinni der ho gayi tan sanu sab na jode ho gayi sige charcha nahi kinni kinne sande ho gayi 4 5 din sande ho gayi na te te worship worshipper sige hai na worship karde hi india kise church te sanu nahi mainu nahi pata उधर खड़े इतने मैं कहा ब्रदर तुम खुदा लिए कुछ करना चाहते हैं कहते हाँ जी मैं करना चाहना वादी सेवा करना चाहना मैं कहा अच्छा फिर बाद मीटिंग मैंने की करना चाहते फिर उन्होंने गिटार प्ले किया मैं गिटार बजा लेना कहते उस दिन मैं सोच के आया कि अज मैं पूछना आया जाके पर हले पूछा नहीं मेरे दिल का सुना दिया हाल मैं यीशु की दीवानी हो गई कहो मेरे दिल का सुना दिया हाल मैं यीशु की दीवानी हो गई बड़ी मेहरबानी हो गई मेरे दिल का सुना दिया हाल यीशु की दीवानी हो गई
हजारों में तारीफ होती, पूरे जोना ताली मार के पूरे आमीन। समझ रहे हैं, आत्मा के नाल जन्मिया होने का मतलब जो शरीर के ख्याल चलन गए फिर लड़ाई करन दिल करूगा, खिजन दिल करूगा। धर्म दाता का तू तुम रोटी कहो खाने ताकि शरीर को एनर्जी मिलती रहे, खाना मिलता रहे, तंदुरुस्त रहिए। अगर शरीर का खाना रोटी आ तो रूह का खाना की आ वर्ड ऑफ गॉड, रोटी जी परमेश्वर ने सू यीशु मसीह ने पिता वालों सू मिली। अगर तुम रोज बह के खबर देखोगे उन्हें लत तोड़ती, उन्हें गोली मारती, उन्हें मथा पारता, अंदर गुस्सा ही आना फिर महाराज। I'm telling you this, faith comes by hearing and hearing from the word of God. Fear comes by hearing and hearing all the rubbish in this world. किन्ने समझ रहे हैं? And इसे भी anger comes by hearing and hearing from rubbish, from all the stuff that is संसार दे बेचे। अपने शरीर को फीड करना घटा दो, बंद ही कर दो। जब गुस्से वाली कोई चीज देखी कहो I'm not doing this। सिस्टर चेयर ला लो, बैठो ब्रदर, आ चेयर फड़ा गया उन्होंने, शी स्टैंडिंग। शरीर दी आत्मा द्वारा चलना चाहिए, की होवांगे? आत्मा द्वारा जन्मे सलाबे नहीं पहना यार, आत्मा द्वारा जन्मे करो करो मारे घर वाले। अरे ये मैंने पूरा किया था पूरे गर्म गर्म दे ले। आत्मा द्वारा जन्मे अपने हाथ बताओ, बोलो परमेउ हर एक चीज जी मेरी स्पिरिट दे ली मैनू चाहिए आ मैं ग्रैब करना, करो करो ग्रैब, आई ग्रैब इट राइट नाउ। बोलो मैं आत्मा के फलों ग्रैब करना, प्रेम आनंद शांति तीरज कृपा भलाई विश्वास नम्रता संयम, आई ग्रैब, आई ग्रैब इट प्रेयर करना पर हुंदी नहीं, जस्ट बी ऑनेस्ट। किन्ने चाहते होर भी हथे गए थले अद्धे खड़े हुए होर, हाँ जी हाँ जी होर दो होर निकल आने देखियो, पता कब नहीं हो रही बिकॉज तू ही करने की कोशिश कर रहे हैं। I wish exactly. यीशु मसीह ने की प्रॉमिस किया, मैं पिता के कोलों तुहाडे लई की भेजूंगा। अगर मददगार भेज दिता या महाराज जोर लाना बंद करो, हाथ जोड़ के बेनती आ। रोमिया 8:26 च लिखिया सानू नहीं पता असीं केड़ी चीज की प्रेयर करनी आ, पर आत्मा साडे लई होके भर भर के रो रो के हस हस के किल किल के जोर ला ला के की कर रहा, दुआवा कर रहा। इधर अपना जोर जोर ला लिया, अखा बाहर आ डिग चलिया बाहर। See, that's our problem. अगर रोज द्वारा प्रेयर करोगे ना, लिसन, हर रोज तुहाडी प्रेयर सेम नहीं होगी। आई होप मैं कहीं हर्ट नहीं किया, क्योंकि रूह द्वारा जी प्रेयर होंगी हर दिन अलग होंगी, उस कुछ नवा होंगे। कुछ नवा करी जल्दी जल्दी, यू विल सी समथिंग राइट। जिन्ना मैं मुंह बंद रखा उन्ना वधिया मेरे लिए, मैं कोई रिवील रिवील टू रिडीम ना कर दूंगा। आई वांट टू स्पॉइल इट। जे आत्मा ने परमेश्वर के नाल जुड़ गए, वो की बन गए? एक आत्मा, वन स्पिरिट। केड़ी 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 लहू ते मांस नाल लड़ाई आ, केड़ी केड़ी लहू ते मांस नाल लड़ाई आ, तुहाडी लहू ते मांस नाल लड़ाई आ?
जन्मे द्वारा चलते हैं। पिछले हफ्ते वचन पढ़िया ना यूहन्ना 1:12 च कि असी ना ते लहू दी इच्छा ना पैदा होए ना मास दी इच्छा ना पर कहदी इच्छा ना ओदे आत्मा दी इच्छा ना प्रभु दी इच्छा दे नाल जेड़े ओदे आत्मा दी इच्छा दे नाल पैदा होए ओ किद्दां पैदा होए आत्मा द्वारा दूरे पानी मैं कहा भी उकल कहंदा गल बहुत सही मैं सुटूंगा आप तो सुन लिया ले आगे हालेलुया कईयां ने परमेश्वर बहुत सीरियस लै चुका ओ प्रभु मार देना प्रभु ने रिलैक्स अगर उन्हें इसराइली नु मारना होगा मिस्र मार सकता ही मर नहीं देते उन्हें 40 साल ना जुत्ती कसी ना कपड़े पाटे इमेजिन दैट दोबारा जाइए वचन दे विच इत्थे वापस आने हैं पहला करंथिया उसी पहले अध्याय दी मैं तुहानू दसदा किन्नी नंबर आयत ग्रहण नहीं कर सकता बिकॉज उन्हें कहना इतना पॉसिबल ही नहीं है कि जुत्ती कसी नहीं मैन ऑफ गॉड यूएसए दे विच कहते एक लेडी सी उन्होंने चर्च दे विच मैं गल कर रहा पास्टर कैनथ ही हैगन दी अगर तुम्हें पता उन्होंने मिनिस्ट्री एक लेडी जी उन्होंने फाइनैंशली सपोर्ट करती होंगी सी कहते उही लेडी सी जी सब तो वध चर्च नूं पैसा दे के उन्होंने सपोर्ट करती सी कहते उनकी डैथ हो गई अगर तो शरीर द्वारा जन्मे होंगे की करते रोंद कुरलाते चीक मारते कहते नो 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 इदा हो नहीं सकता कहते प्रभु ए लेडी शी हैज़ टू कम बैक उत्ते पहुंची प्रभु ने पता कहते वापस चल जा तेरी लोड़ है हाले उत्ते एंड शी केम बैक टू लाइफ आत्मा दी गल्लां शरीरक बंदियां लई मूर्खता ही आ पर ये समझ चुके आ ओ कहंदे नो 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 कम बैक स्मिथ विगल्सवर्थ कहंदे उन्हां दी वाइफ ओ इद्दी सीगे कहते आई थिंक ओ कहते मीटिंग ते गए सी सर्विस ते प्रेयर मीटिंग ते उन्हां दी वाइफ शी पैस्ड अवे उन्हां दी वाइफ दी बॉडी उत्थे पई कहंदे हाउ डेयर यू तू मैनूं बाय कैंप तो पहलां चल गई वापस आ वापस आ मैनू बाय कह के फिर जाई एंड शी केम बैक टू लाइफ यीशु मसीह ने लाजर किन्ने दिन का मरिया सीगा चार दिन हो गए ओदी ओदी भैन कहंदे शरीर भी गलन लग पिया जीसस क्राइस्ट सेड डोंट वरी अबाउट इट इट्स ओके गल लै दो मास भी लथ लैन दो लाजर कम आउट व्हाट हैपेंड लाजर उठ के बाहर आ गया आत्मा ने गल्ला शरीरिक लोकां लई की आ That's it. अगर मैं गल कह आ कि तुही थोड़ी मेहनत करोगे कि ज्यादा पैसा कमाओगे महाराज बिना पढ़ाई कीतिया डेल्टा एयरलाइंस दे विच जॉबां भी लग जांदियां फिर हैं That's how he does it. आत्मिक गल्लां शरीरिक लोकां लई कीआ That's it. मैं कहना हैंडशेक करन दा कंग्रेचुलेशंस रिसीव योर टेस्टिमनी ओ दूजा बंदा खड़ा वही मूर्खताइयां कर रहा महाराज अगला बंदा आके गवाही देते अगले हफ्ते दिस सिस्टर हैड उन्होंने दो तीन ही पचता जो मैं गल कह रहा समबडी इज राइट हियर जिन्होंने सेम प्रॉब्लम है पचता नहीं तू है ना आ भैन इतने
दुध नहीं पचता। प्रेयर की मैं जाके महंगा दुध बाय करो, सब तो महंगा। अगले दिन बाय किया, दुध पचना स्टार्ट हो गया। ना कि गला दुध होर भी चीजा पच
ਉਹਨੂੰ ਪਾਸਟਰ ਨੇ ਵਚਨ ਸੁਣਾਇਆ ਕਿ ਤੂਫਾਨ ਨੂੰ ਕਮਾਂਡ ਕਰੋਗੇ ਪਹਾੜ ਨੂੰ ਤੁਸੀਂ ਦਬਕਾ ਮਾਰੋਗੇ ਪਹਾੜ ਹਟ ਜਾਊਗਾ। ਉਹਨੇ ਘਰ ਲਿਆ ਕਿਸੇ ਜਗ੍ਹਾ ਤੇ, ਉਹਦੇ ਘਰ ਦੇ ਮਗਰ ਬੜਾ ਸੋਹਣਾ ਪਾਣੀ ਵਾਲਾ ਵਿਊ ਸੀ ਸਮੁੰਦਰ ਦਾ, ਹੈ ਨਾ। ਹੱਸਦੇ ਪਏ, ਤੁਹਾਨੂੰ ਪਤਾ ਕੰਨ ਬੰਦ ਕਰ ਲਓ ਫਿਰ। ਸੋ ਐਨੀਵੇਜ਼, ਹੈ ਨਾ, ਪਿੱਛੇ ਸਮੁੰਦਰ ਸੀਗਾ, ਬੜਾ ਸੋਹਣਾ ਵਿਊ ਸੀਗਾ। ਪਰ ਜਦੋਂ ਭੈਣ ਨੇ ਕਾਲੀ ਕਾਲੀ 'ਚ ਘਰ ਬਾਏ ਕਰ ਲਿਆ, ਉਹਨੇ ਬਾਰੀ ਖੋਲੀ ਪਿਛਲੀ, ਉਹਨੂੰ ਕੀ ਨਜ਼ਰ ਆਇਆ? ਪਹਾੜ। ਕਹਿੰਦੀ ਪਾਸਟਰ ਸਾਹਿਬ ਨੇ ਵਚਨ ਸੁਣਾਇਆ, ਪਹਾੜਾਂ ਨੂੰ ਕਮਾਂਡ ਕਰੋ ਹਟ ਜਾਓਗੇ। ਉਹਨੇ ਬਾਰੀ ਖੋਲੀ, ਕਹਿੰਦੀ ਹੈ ਪਹਾੜਾ ਨਿਕਲ ਜਾ ਇੱਥੋਂ, ਹਟ ਜਾ। ਮਹਾਰਾਜ ਉਹ ਹਿੱਲੇ ਨਾ, ਫਿਰ ਉਹਨੇ ਕਿਹਾ ਦੂਜੇ ਦਿਨ, ਫਿਰ ਉਹਨੇ ਕਿਹਾ ਤੀਜੇ ਦਿਨ, ਫਿਰ ਉਹਨੇ ਕਿਹਾ ਹਟੇ ਨਾ। ਫਿਰ ਉਹ ਗਈ ਪਾਸਟਰ ਸਾਹਿਬ, ਪਾਸਟਰ ਸਾਹਿਬ ਤੁਸੀਂ ਤਾਂ ਕਿਹਾ ਸੀ ਪਹਾੜ ਹਟ ਜੂਗਾ, ਹਟਿਆ ਨਹੀਂ। ਪਾਸਟਰ ਸਾਹਿਬ ਕਹਿੰਦੇ ਚਲੋ ਅਸੀਂ ਪ੍ਰੇਅਰ ਕਰਦੇ ਹਾਂ। ਪਾਸਟਰ ਸਾਹਿਬ ਵੀ ਗਏ, ਤੂਫਾਨੋ ਮੇਰਾ ਰਾਹ ਛੱਡ ਦੋ, ਕਹਿੰਦਾ ਪਹਾੜਾ ਨਿਕਲ ਜਾ ਇੱਥੋਂ। ਬੀਬੀ ਕਹਿੰਦੀ ਹੈ ਹਲਿਆ ਨਹੀਂ ਇੱਥੋਂ, ਕਹਿੰਦਾ ਰੋਜ਼ ਹੀ ਇਹਨੂੰ ਕਮਾਂਡ ਕਰ, ਇੱਥੋਂ ਜਾਊਗਾ ਇਹ। ਇੱਕ ਦਿਨ ਸਾਇੰਟਿਸਟ ਆਉਂਦੇ, ਕਹਿੰਦੇ ਸਾਨੂੰ ਇੱਦਾਂ ਫੀਲ ਹੁੰਦਾ ਕਿ ਯਾਰ ਤੁਹਾਡੇ ਘਰ ਦੇ ਵਿੱਚ ਪਹਾੜ ਆ ਨਾ, ਇਹਦੇ ਅੰਦਰ ਸੋਨਾ ਵੀ ਆ, ਇਹਦੇ ਅੰਦਰ ਹੀਰੇ ਵੀ ਆ, ਇਹਦੇ ਅੰਦਰ ਚਾਂਦੀ ਵੀ ਆ। ਕਹਿੰਦੇ ਅਸੀਂ ਇਹਨੂੰ ਪੁੱਟਣਾ ਆ, ਅਸੀਂ ਇਹਨੂੰ ਢਾਉਣਾ ਆ, ਪਲੱਸ ਤੁਹਾਨੂੰ ਅਸੀਂ ਪੈਸੇ ਵੀ ਦੇਵਾਂਗੇ, ਕਿਉਂਕਿ ਤਾਂ ਆਤਮਾ ਦੀਆਂ ਗੱਲਾਂ ਸ਼੍ਰੀ ਨੇ ਲੋਕਾਂ ਲਈ ਕੀ ਆ। ਜੋ ਇਹੀ ਮੂਰਖਤਾ ਹੀ ਕਹਿੰਦੀ ਇਹਨੇ ਨੀ ਹਟਣਾ, ਪਾਸਟਰ ਸਾਹਿਬ ਝੂਠ ਮਾਰ ਰਹੇ ਆ, ਉਹਨੇ ਕਰਨਾ ਹੀ ਨੀ ਸੀ ਤੇ ਪਹਾੜ ਹਟਣਾ ਨੀ ਸੀ, ਨਾ ਉਹਨੂੰ ਪੈਸਾ ਆਉਣਾ ਸੀ, ਤੇ ਪਹਾੜ ਵੀ ਉਹਦਾ ਤਾਂ ਉਦਾਂ ਹੀ, ਉਹਦਾ ਵਿਊ ਵੀ ਖਰਾਬ ਹੋ ਗਿਆ ਘਰ ਦਾ। ਅਗਲੀ ਨੇ ਰੋਜ਼ ਸਨੈਪਚੈਟਾਂ ਬਣਾ ਕੇ ਪਾਣੀਆਂ ਸੀ, ਇੰਸਟਾਗ੍ਰਾਮ ਤੇ ਰੀਲਾਂ ਸਲੋ ਮੋਸ਼ਨ 4K ਲਾ ਕੇ। ਆਹ ਫੈਕਟ ਲਾਣੇ ਚ ਮੂੰਹ ਬੜਾ ਗੋਰਾ ਆਉਂਦਾ। ਬਟ ਕੀ ਹੋਇਆ, ਉਹਨੇ ਪਾਸਟ ਨੂੰ ਸੁਣਿਆ, ਵਚਨ ਨੂੰ ਫੋਲੋ ਕੀਤਾ, ਤੇ ਪਹਾੜ ਫਿਰ ਕੀ ਹੋ ਗਏ, ਹਟ ਗਏ। ਮੈਂ ਕਿਹਾ ਜਿੱਦਾਂ ਯਸੂ ਖੜ ਜਾਂਦਾ ਨਾ, ਪਹਾੜਾਂ ਦੀ ਜੁਰਤ ਨਹੀਂ ਆਉਂਦੇ ਖੜ ਜਾਣ, ਮੈਂ ਹਰ ਇੱਕ ਪਹਾੜ ਜੋੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਆ। ਮੈਂ ਕਹਿੰਦਾ ਗੈਟ ਆਊਟ 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 ਇਨ ਦਾ ਮਾਈਟੀ ਨੇਮ ਆਫ ਜੀਸਸ ਕ੍ਰਾਈਸਟ। ਹਰ ਇੱਕ ਪਹਾੜ, ਭਾਵੇਂ ਤੁਹਾਡੀ ਜੋਬ ਦਾ ਜਿੱਥੇ ਜੋਬ ਲੱਗ ਨਹੀਂ ਰਹੀ, ਹਰ ਇੱਕ ਪਹਾੜ ਤੁਹਾਡੇ ਫਾਈਨੈਂਸ 'ਚ ਖੜਾ, ਮੈਂ ਕਹਿੰਦਾ ਆਊਟ ਇਨ ਦਾ ਮਾਈਟੀ ਨੇਮ ਆਫ ਜੀਸਸ ਕ੍ਰਾਈਸਟ। ਸੁਣ ਲਿਆ ਮੇਰੀ ਗੱਲ, ਐਂਡ ਉਹ ਜਾ ਰਿਹਾ ਇਨ ਦਾ ਨੇਮ ਆਫ ਜੀਸਸ। ਨੈਕਸਟ ਸੰਡੇ ਮੈਂ ਤੁਹਾਨੂੰ ਇੱਥੇ ਗਵਾਹੀ ਦੇ ਨਾਲ ਖੜੇ ਦੇਖੂਗਾ। ਵਿਦਿਨ ਫਿਊ ਮਿੰਟਸ ਤੁਸੀਂ ਸੁਣਨ ਵਾਲੇ ਆ ਗਵਾਹੀਆਂ, ਯੂ ਗੋਨਾ ਨੋ ਸਮਥਿੰਗ। ਹਾਲੇਲੂਇਆ। ਆਤਮਾ ਦੀਆਂ ਗੱਲਾਂ ਸਰੀਰਕ ਲੋਕਾਂ ਲਈ ਕੀ ਆ। ਜਿੰਨੀ ਦੇਰ ਤੱਕ ਮੈਂ ਲਾਸਟ ਵੀ ਕਹਿੰਦਾ ਸੀ, ਸੁੱਤੇ ਪਏ ਵੀ ਸੁਪਨੇ 'ਚ ਬੋੜ ਬੋੜਾ ਨਾ ਕਿਤੇ, ਆਤਮਾ ਦੀਆਂ ਗੱਲਾਂ ਸਰੀਰਕ ਲੋਕਾਂ ਦੀ ਮੂਰਖਤਾ ਹੀ ਆ। ਉਨੀ ਦੇਰ ਤੱਕ ਨਹੀਂ ਹਟਣਾ ਮੈਂ, ਜਿੰਨੀ ਦੇਰ ਤੱਕ ਮੰਮੀ ਹਿਲਾ ਕੇ ਉੱਠੇ ਨਾ, ਕੀ ਹੋ ਗਿਆ ਤੈਨੂੰ, ਮੰਮੀ ਨੇ ਠਾ ਤਾਂ, ਚਲੋ ਹੁਣ ਪ੍ਰੇਅਰ ਕਰਨ ਬਹਿ ਜਾਓ। ਆਤਮਾ ਦੀਆਂ ਗੱਲਾਂ ਸਰੀਰਕ ਲੋਕਾਂ ਲਈ ਮੂਰਖਤਾ ਹੀ ਆ, ਪਰ ਮੇਰੇ ਲਈ ਨਹੀਂ ਆ, ਕਿਉਂਕਿ ਮੈਂ ਆਤਮਾ ਦੁਆਰਾ ਜਨਮਿਆ ਤੇ ਮੈਂ ਆਤਮਾ ਦੁਆਰਾ ਜਨਮਿਆ ਤੇ ਮੈਂ ਆਤਮਾ ਗਿਵ ਯੂ ਪ੍ਰੇਜ਼ ਦੈਨ ਆਲਮੋਸਟ ਦੇਰ। ਮੈਂ ਇੱਕ ਹੋਰ ਤੁਹਾਡੇ ਨਾਲ ਵਚਨ ਸ਼ੇਅਰ ਕਰੂੰਗਾ ਇੱਥੇ। ਥੈਂਕ ਯੂ ਮਾਈ ਗਾਡ ਜੀਸਸ। ਮੇਰਾ ਕੁਐਸਚਨ ਆ, ਕਿੰਨੇ ਜਾਣੇ ਪਰਮੇਸ਼ਰ ਦਾ ਦਿਲ ਫੀਲ ਕਰਨਾ ਚਾਹੁੰਦੇ ਆ ਤੁਹਾਡੇ ਲਈ, ਕਿੰਨੇ ਕਰਨਾ ਚਾਹੁੰਦੇ ਆ, ਕਿੰਨਿਆਂ ਨੇ ਕੀਤਾ ਹੋਇਆ, ਕਿੰਨਿਆਂ ਨੇ ਕੀਤਾ ਹੋਇਆ, ਸੋਚ ਸੋਚ ਲਓ, ਫੀਲ ਕੀਤਾ ਉਹਦਾ ਦਿਲ, ਦੁਆਰਾ ਦੁਆਰਾ ਹੱਥ ਦਿਖਾਓ, ਕਿੰਨਿਆਂ ਨੇ ਫੀਲ ਕੀਤਾ ਹੋਇਆ ਉਹਦਾ ਦਿਲ। ਕਦੇ ਤੁਸੀਂ ਰਾਹ 'ਚ ਗਏ, ਕੋਈ ਭਿਖਾਰੀ ਖੜਾ ਸੀ, ਤੁਹਾਨੂੰ ਤਰਸ ਆਇਆ, ਉਹਦਾ ਦਿਲ ਸੀਗਾ। ਤੂੰ ਇਹ ਨਹੀਂ ਕਿਹਾ ਹੱਥ ਪੈਰ ਤੇਰੇ ਚੰਗੇ ਭਲੇ, ਜਾ ਕੇ ਕੰਮ ਕੁੰਮ ਕਰ, ਏਜੰਸੀ ਵਾਲਿਆਂ ਨੂੰ ਬੰਦੇ ਨਹੀਂ ਲੱਭਦੇ, ਚੱਲ ਮੈਂ ਤੈਨੂੰ ਲੈ ਕੇ ਜਾਂਦਾ, ਆ ਕਮਿਸ਼ਨ ਵੀ ਮਿਲੂਗਾ ਮੈਨੂੰ ਨਾਲੇ। ਤੁਹਾਨੂੰ ਪਤਾ ਕਈਆਂ ਦੇ ਕ੍ਰਿਮੀਨਲ ਹੋ ਚੁੱਕੇ ਆ, ਉਹਨਾਂ ਦੇ ਰੈਕਡ, ਜੋਬ ਨਹੀਂ ਦੇ ਰਿਹਾ ਕੋਈ ਉਹਨਾਂ ਨੂੰ, ਕਈਆਂ ਨੇ ਪੜ੍ਹਾਈ ਨਹੀਂ ਕੀਤੀ, ਜ਼ਿੰਦਗੀ ਬਰਬਾਦ ਕਰ ਲਈ, ਕਈਆਂ ਤੇ ਕਰ ਸਿਆ ਸਭ ਕੁਝ ਹੈਗਾ, ਪਰ ਤਾਂ ਵੀ ਜੋਬ ਕਰ ਹੀ ਨਹੀਂ ਪਾ ਰਹੇ, ਟਿਕਦੇ ਨਹੀਂ। ਇੱਕ ਦਿਨ ਗਿਆ, ਦੂਜੇ ਦਿਨ ਵਾਪਸ ਆ ਗਏ, ਫਿਰ ਗਏ, ਟਿਕ ਹੀ ਨਹੀਂ ਲੈ, ਸਮਝ ਰਹੇ। ਕੱਲ ਮੈਨੂੰ ਪਤਾ ਲੱਗਿਆ, ਮੇਰੀ ਇੱਕ ਭੈਣ ਨੇ ਦਿਖਾਇਆ ਕਿ ਪਲੱਸ ਟੂ ਦੇ ਵਿੱਚ, ਪਲੱਸ ਟੂ ਦਾ ਸੀਗਾ, ਟੈਂਥ ਦਾ, ਪਲੱਸ ਟੂ ਦਾ ਕੋਈ ਮੁੰਡਾ ਸੀਗਾ, ਉਹਦੇ ਇੱਕ ਸਬਜੈਕਟ ਚੋਂ ਫੇਲ ਹੋ ਗਿਆ, ਸੁਸਾਈਡ ਕਰ ਲਿਆ।
जो मैं सुनिया मेरी अखा भर गई, मैं तो बड़ा कवर अप कर रहा कि पता नहीं कि पता लगा कि नहीं लगा, पर मैं इस हिसाब ना बिहेव किया कि मैं मैनू कुछ नहीं होया, पर मेरी अखा चो अंजू डिग रहे। हूँ आप पता कि अपना समझते हैं जिहड़ा साडे नाल रहिंदा, जिहड़ा साडे नाल जम्मिया, जिहनूं असीं जाणदे हां, असीं उहनूं कहिंदे मेरा अपना आ। महाराज जी सारे अपने एक दूजे दे, उहदा दिल पता की आ, परमेश्वर दा हार्ट पता की आ। जिहनूं तुसीं नहीं भी जाणदे, जो तुहानूं उहदा भी दुख देख के रोणा आवे, इह उहदा दिल आ, इह उहदे रूह दा दिल, इह उहदा रूह आ तुहानूं फील कराउंदा। समझ रहे जिंदगी बंदा सोचता भी इन्ने कदों ब्लैस आ, बिकॉज उन्होंने इन्ना वंडिया, इन्ना लोगों लिए वारता सारा कुछ, मेरी कोली च घ्यो दा चमचा भर के पाया, ओदी कोली च अद्धा चमचा पाया, क्योंकि वह मेरा मुंडा अपना, अपने मुंडे का भावें मेटाबॉलिज्म हाई होवे, हैं उहने खाता घ्यो दा अंदर जाके निकल भी गया, हैं टॉर्डा लग गई, लूज मोशन लग गए। समझ रहे, द पॉइंट इज हर एक नूं जो तुसीं उहनूं उहदे विच अपने आप देख रहे हो, तो परमेश्वर दा दिल आ। जिहड़े आत्मा तों जन्मे आ उह दूजिआं दा दुख मनांदे आ, महाराज उह ठुड्डे नहीं मारदे, उह इह नहीं कहिंदे आ मेरे अपने इन्ने, आ मेरे अपने नहीं आ। खोलो मेरा वचन, इत्थे रहो इसे चैप्टर दे विच, तीन दे विच, चार दे विच, चार नंबर आयत विच, क्योंकि जब एक कहता है मैं पौलुस का हूं और दूसरा मैं अपोलुस का हूं, तो क्या तुम मनुष्य नहीं? मैं कुछ नहीं कह रहा है, तो के महाराज चुप ही रह, तो मैं चुप ची बनाया। कोई कहता मैं पौलुस दा, कोई कहता मैं अपोलुस दा, कहता एदा मतलब तुम हले शरीर नहीं आ। अगे पढ़ो, अपोलुस क्या है और पौलुस क्या है, पौल कौन है ते अपोलुस कौन है, की गल्ला कर रहे महाराज? हां अगे, केवल सेवक, हां जिनके द्वारा तुमने विश्वास किया, ओके, जैसा हर एक को प्रभु ने दिया। हां ओके, अगे मैंने लगाया, अपोलुस ने सींचा, ओके, मैं कहता बूटे नु बीजिया, अपोलस ने उन्हें पानी दिता, अगे परमेश्वर ने उन्हें ग्रो किया। ओह माय गुडनेस, दिस इज डीप। कहता कोई लड़ रहा मैं पॉल ना, कोई लड़ रहा मैं पॉलस ना, कहता ये की आ शरीरक गुणा, ओ किन्ने ने कहानी सुनी आ, प्यो ने कहा एक बंडल लै आओ सोटियां दा, कली कली तोड़ो, टुट गई तुहानू लोग उदो तोड़ूगे जो तुहानू कल्या देखूगे, अगर तुहाडे मगर सपोर्ट आ गई है ना, वो कदी नहीं तुहानू आणके रोकूगे, कदी नहीं तुहानू आणके कुछ कहूगे, क्योंकि तुहानू पता यूनिटी दे विच आ। जिहड़े आत्मा तों जन्मे आ की करदे आ, यूनिटी दे, यूनिटी दीआं गल्लां करदे। अगे की लिखिआ, इसलिए ना तो लगाने वाला कुछ है, हाँ, और ना सींचने वाला, ओके, परंतु परमेश्वर ही सब कुछ है जो बढ़ाने वाला है, ओके, लगाने वाला और सींचने वाला दोनों एक है, परंतु हर एक व्यक्ति अपने ही, नहीं 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 नहीं, लगाने वाला और सींचने वाला दोनों, ओके ओके, एक क्या किन्ने ने समझ रहे आ, जा रहे कि नहीं रूह दे विच? मैं कुछ नहीं कह रहा महाराज, मेरे वाला धोपा करे हो, हाथ जोड़दा साडे मोहरे,
ਦੂਜੀ ਵਾਰੀ ਆ ਮੜਿਆ ਹੁਣ ਮੈਂ ਬੀਜ ਰਿਹਾ ਭਾਈ ਪਾਣੀ ਲਾ ਰਿਹਾ ਹੈ ਮੈਂ ਬੂਟਾ ਬੀਜਿਆ ਭਾਈ ਪਾਣੀ ਲਾ ਰਿਹਾ ਦੋਨੇ ਕੀ ਆ ਇੱਕ ਨਹੀਂ ਆ ਯਾਰ ਹਾਲੇਲੂਇਆ ਲੱਗਾ ਇੱਦਾਂ ਕਰਕੇ ਇੱਕ ਬੀਜ ਰਿਹਾ ਇੱਕ ਪਾਣੀ ਲਾ ਰਿਹਾ ਦੋਨੇ ਕੀ ਆ ਅਸੀਂ ਸਾਰੇ ਕੀ ਆ ਉਹ ਫਿਰ ਲੜਾਈਆਂ ਗਾਲੀਆਂ ਮਾਰਦੇ ਜਿਹੜਾ ਕਹਿੰਦਾ ਮੈਂ ਬੋਲਦਾ ਜਿਹੜਾ ਕਹਿੰਦਾ ਮੈਂ ਬੋਲਸ ਦਾ ਕੀ ਆ ਉਹ ਸਰੀਰਕ ਸਮਝ ਰਹੇ ਜਿਹੜੀ ਚੀਜ਼ ਨੂੰ ਆਪਣੀ ਰੂਹ ਚ ਆਣ ਦਿਓਗੇ ਉਹਨੇ ਤੁਹਾਨੂੰ ਕੀ ਕਰਨਾ ਭੜਕਾਉਣਾ ਉਹਨੇ ਤੁਹਾਨੂੰ ਅਗਰ ਉਹ ਚੰਗੀ ਹੈ ਤੁਸੀਂ ਗਰੋ ਕਰੋਗੇ ਅਗਰ ਉਹ ਮਾੜੀ ਹੈ ਤੁਸੀਂ ਭੜਕ ਜਾਓਗੇ ਥੈਂਕ ਯੂ ਬ੍ਰਦਰ ਮੈਨੂੰ ਆਤਮਾ ਤੋਂ ਜਨਮਿਆ ਆਤਮਾ ਤੋਂ ਜਨਮਿਆ ਆਤਮਾ ਤੋਂ ਜਨਮਿਆ ਸਰੀਰ ਤੋਂ ਜਨਮਿਆ ਆਤਮਾ ਤੋਂ ਜਨਮਿਆ ਵੀ ਸਰੀਰ ਤੋਂ ਜਨਮੇ ਵੀ ਸਰੀਰ ਤੋਂ ਜਨਮੇ ਫੜਕ ਲੱਗਾ ਹੀ ਨਾ ਉਹਨੇ ਇਹਨਾਂ ਨੂੰ ਜੋ ਨਾ ਤਾਲੀ ਮਾਰੋ ਨੇ ਸੁੱਤੇ ਆ ਮਹਾਰਾਜ ਸਵਾਦ ਤੇ ਤੁਸੀਂ ਸਾਰਿਆਂ ਨੂੰ ਮੈਂ ਕਿਹਾ ਇਹਨਾਂ ਨੂੰ ਫੜ ਲੈਣੇ ਆ ਇਕੱਲੇ ਨਹੀਂ ਆ ਤੁਸੀਂ ਡੋ ਮਰੇ ਖੜੇ ਹੋ ਕੇ ਤਾਰੀਫ ਕਰੋ ਜੋਰ ਨਾਲ ਜਿਹੜੇ ਸੁੱਤੇ ਆ ਓਏ ਤੁਹਾਡਾ ਬਣਾ ਨੇ ਕੌਣ ਲੱਗਾ ਹੁਣ ਬਚ ਗਏ ਬਚ ਗਏ ਬਚ ਗਏ ਇੰਨੇ ਸ਼ਾਰਪ ਹੋ ਜਾਓ ਆਤਮਾ ਦੇ ਵਿੱਚ ਮਾੜਾ ਕੁਛ ਹੋ ਜਾਏ ਯੂ ਗੈਟ ਟੂ ਨੋ ਕਹਿੰਦਾ ਸੁਣਨ ਚ ਕਾਲੇ ਬੋਲਣ ਚ ਧੀਰ ਧੀਰ ਜਵਾਨ ਸੁਣਨ ਚ ਕਾਲੇ ਸੁਣਨ ਚ ਆਤਮਾ ਤੋਂ ਜਨਮਿਆ ਆਤਮਾ ਤੋਂ ਜਨਮਿਆ ਵੀ ਸਰੀਰ ਤੋਂ ਜਨਮੇ ਵੀ ਸਰੀਰ ਤੋਂ ਜਨਮੇ ਵੀ ਆਤਮਾ ਤੋਂ ਜਨਮੇ ਵੀ ਆਤਮਾ ਤੋਂ ਜਨਮੇ ਮਾਰੋ ਫਿਰ ਤਾੜੀ ਜਦੋਂ ਤੁਸੀਂ ਸੁੱਤੇ ਆ ਚਲੋ ਗਿਵ ਮੀ ਪ੍ਰੇਜ਼ ਸਾਮ ਪਾਰੇ ਜ਼ੋਨਾ ਜ਼ੋਨਾ ਹਾਲੇਲੂਇਆ ਜਾ ਰਿਹਾ ਕਿ ਨਹੀਂ ਰੂਹ ਦੇ ਵਿੱਚ ਮਜ਼ਾ ਆ ਰਿਹਾ ਕਿ ਨਹੀਂ ਓਕੇ ਖੜੇ ਹੋ ਜੋ ਫਿਰ ਸਭ ਜਣ ਆਪਣੇ ਪੈਰਾਂ ਦੇ ਉੱਤੇ ਕੁਇਕਲੀ ਕਹੋ ਆਪਣੇ ਪੁੱਛੀ ਨੂੰ ਤੂੰ ਆਤਮਾ ਤੋਂ ਜਨਮਿਆ ਤੂੰ ਤੂੰ ਆਤਮਾ ਤੋਂ ਜਨਮਿਆ ਤੂੰ ਤੂੰ ਆਤਮਾ ਤੋਂ ਜਨਮਿਆ ਤੂੰ ਯੈਸ ਆਪਣੀ ਅੱਖਾਂ ਨੂੰ ਬੰਦ ਕਰੋ ਹਮ ਚੈਲਿੰਗ ਯੂ ਦ ਠਾੜਾ ਹੋਣ ਲੱਗੀ ਹੁਣ ਜਸ ਮੇਰੀ ਤੇ ਵਾਚ ਇਹਦੇ ਕੁਝ ਹੋਣ ਲੱਗਾ ਜਲਦੀ ਜਲਦੀ ਆਪਣੀ ਅੱਖਾਂ ਬੰਦ ਹੀ ਰੱਖਿਓ ਇਹਨਾਂ ਨੂੰ ਜੋ ਮੈਂ ਇਦਾਂ ਕਹਿਣਾ ਵੀ ਜਾਣ ਜਾਣ ਕੇ ਅੱਖਾਂ ਖੋਲ ਖੋਲ ਕੇ ਦੇਖਣਾ ਆਲਰਾਈਟ ਆਲਰਾਈਟ ਮਨ ਚੀਜ਼ ਆ ਤਾਂ ਪਰਮੇਸ਼ਰ ਤੁਹਾਨੂੰ ਉਸ ਬੰਦੇ ਨਾਲ ਉਦੋਂ ਬਲੈਸ ਕਰਦਾ ਜਦੋਂ ਤੁਸੀਂ ਉਸ ਪਰਸਨ ਨਾਲ ਓਨੈਸਟ ਹੋ ਜੋ ਤੁਸੀਂ ਉਸ ਬੰਦੇ ਨਾਲ ਕੀ ਆ ਇਮਾਨਦਾਰ ਆ ਓਨੈਸਟ ਆ ਅਗਰ ਮੈਂ ਕਿਸੇ ਮੈਨ ਆਫ ਗੋਡ ਨੂੰ ਸੁਣ ਰਿਹਾ ਉਹਨਾਂ ਨੇ ਕਿਹਾ ਆਪਣੇ ਗੋਡਿਆਂ ਤੇ ਆ ਜਾਓ ਮੈਂ ਉਨੀ ਦੇਰ ਤੱਕ ਆਪਣੇ ਗੋਡਿਆਂ ਤੋਂ ਅਨਲੈਸ ਚਲੋ ਮੈਨੂੰ ਕੋਈ ਫਿਜ਼ੀਕਲੀ ਪ੍ਰੋਬਲਮ ਆ ਥੋੜਾ ਹੌਲੀ ਹੌਲੀ ਮੈਂ ਉਨੀ ਦੇਰ ਤੱਕ ਉਹ ਚੀਜ਼ ਕਰੂੰਗਾ ਅਗਰ ਮੈਨੂੰ ਗੋਡਿਆਂ ਦੀ ਪ੍ਰੋਬਲਮ ਦੈਟਸ ਅ ਡਿਫਰੈਂਟ ਸਟੋਰੀ ਪਰ ਮੈਂ ਉਨੀ ਦੇਰ ਤੱਕ ਉੱਠੂੰਗਾ ਨਹੀਂ ਕਿਉਂਕਿ ਮੈਂ ਕੀ ਕਰ ਰਿਹਾ ਹੁਣ ਮੈਂ ਇੱਕ ਵਫਾਦਾਰੀ ਨੂੰ ਦਿਖਾ ਰਿਹਾ ਉਹਨੇ ਮੈਨੂੰ ਕਿਹਾ ਤਾੜੀਆਂ ਮਾਰੋ ਮੈਂ ਇੱਕ ਦਿਨ ਬੈਠਾ ਵਰਸ਼ਿਪ ਕਰਨ ਦਿਆਂ ਮੈਨੂੰ ਹਨਾ ਆਵਾਜ਼ ਆਈ ਤਾੜੀਆਂ ਮਾਰ ਮੈਂ ਉਨੀ ਦੇਰ ਤੱਕ ਤਾੜੀਆਂ ਮਾਰਨ ਨੂੰ ਰੁਕਿਆ ਨਹੀਂ ਜਿੰਨੀ ਦੇਰ ਤੱਕ ਉਸ ਆਵਾਜ਼ ਨੇ ਕਿਹਾ ਨਹੀਂ ਰੁਕ ਜਾ ਮੇਰੇ ਹੱਥ ਦੁਖਣ ਲੱਗ ਪਏ ਮੇਰੀ ਚੀਜ਼ ਦੁਖਣ ਲੱਗ ਪਈ ਪਰ ਮੈਂ ਰੁਕਿਆ ਨਹੀਂ ਕਿਉਂਕਿ ਤੁਸੀਂ ਹੁਣ ਕੀ ਦਿਖਾ ਰਹੇ ਹਾਂ ਓਨੈਸਟੀ ਨੂੰ ਵਫਾਦਾਰੀ ਨੂੰ ਤੁਹਾਡੀ ਵਫਾਦਾਰੀ ਦਾ ਤੁਹਾਨੂੰ ਰਿਵਾਰਡ ਮਿਲਦਾ ਫਿਰ ਠੀਕ ਹੈ ਆਪਣੀ ਅੱਖਾਂ ਬੰਦ ਕਰੋ ਤਾਂ ਥੋੜ੍ਹਾ ਦੱਸਣਾ ਪੈਂਦਾ ਫਿਰ ਸੁਣਦੇ ਆ ਬੋਲੋ ਪਰਮੇਸ਼ਰ ਥੈਂਕ ਯੂ ਫੋਰ ਦਿਸ ਵਰਡ ਆਈ ਦਾ ਵਚਨ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਬਹੁਤ ਬਲੈਸ ਕੀਤਾ ਇਹਨੇ ਮੈਨੂੰ ਬਹੁਤ ਬਲੈਸ ਕੀਤਾ ਤੇਰੇ ਵਚਨ ਨੇ ਪ੍ਰਭੂ ਇਹ ਵਚਨ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਫਲ ਲੈ ਕੇ ਆਵੇ ਮੈਂ ਇਸ ਵਚਨ ਤੇ ਚੱਲਾਂ ਮੈਂ ਤੇਰੇ ਵਚਨ ਤੇ ਚੱਲਾਂ ਮੈਂ ਤੇਰੇ ਵਚਨ ਤੇ ਚੱਲਾਂ ਪ੍ਰਭੂ ਬੋਲੋ ਬੋਲੋ ਪ੍ਰਭੂ ਮੈਂ ਤੇਰੇ ਵਚਨ ਤੇ ਚੱਲਾਂ ਬੋਲੋ ਬੋਲੋ ਕਰੋ ਪ੍ਰਾਰਥਨਾ